ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਇੱਕ ਬਾਦਲਾ ਵਰਕ ਦਾ ਡਿਜ਼ਾਈਨ ਸ਼ੇਅਰ ਕਰਾਂਗੇ। ਸੋ ਤੁਸੀਂ ਇਹਨੂੰ ਫੋਰਮਲ ਵੇਅਰ ਕਰ ਸਕਦੇ ਹੋ ਜੀ, ਬਹੁਤ ਹੀ ਜੇ ਤੁਸੀਂ ਹਲਕਾ ਫੁਲਕਾ ਡਿਜ਼ਾਈਨ ਔਰ ਪਾਰਟੀ ਵੇਅਰ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਇਹ ਉਸ ਲਈ ਬੈਸਟ ਡਿਜ਼ਾਈਨ ਹੈਗਾ। ਸੋ ਪਾਰਟੀ ਵੇਅਰ ਲੁੱਕ ਵੀ ਹੈ ਔਰ ਹੈਵੀ ਵੀ ਨਹੀਂ ਹੈਗਾ, ਸੋ ਪਾਉਣ ਦੇ ਵਿੱਚ ਵੀ ਕੰਫਰਟੇਬਲ ਹੈ। ਸੋ ਤੁਸੀਂ ਇਹੋ ਜਿਹੇ ਪੀਸ ਆ ਜਿਹੜੇ ਟਰਾਈ ਕਰ ਸਕਦੇ ਹੋ ਕਿਸੇ ਵੀ ਕਲਰ ਸ਼ੇਡ 'ਤੇ। ਸੋ ਇਹ ਲਾਈਟ ਸ਼ੇਡ 'ਤੇ ਬਣਿਆ ਹੋਇਆ, ਜੇ ਤੁਸੀਂ ਇਹਨੂੰ ਡਾਰਕ ਸ਼ੇਡ 'ਤੇ ਬਣਾਉਣਾ ਚਾਹੁੰਦੇ ਹੋ ਤਾਂ ਡਾਰਕ 'ਤੇ ਵੀ ਇਹ ਬਹੁਤ ਵਧੀਆ ਲੱਗੇਗਾ, ਜੇ ਆਲਰੇਡੀ ਇਹ ਜਿਹੜਾ ਲਾਈਟ ਸ਼ੇਡ 'ਤੇ ਬਹੁਤ ਵਧੀਆ ਲੱਗ ਰਿਹਾ। ਸੋ ਇਸ ਤਰ੍ਹਾਂ ਦੇ ਡਿਜ਼ਾਈਨ ਜੇ ਤੁਸੀਂ ਔਡਰ ਕਰਨਾ ਜੀ, ਇਹ ਸੇਮ ਡਿਜ਼ਾਈਨ ਔਡਰ ਕਰਨਾ ਤਾਂ ਤੁਸੀਂ ਮੈਨੂੰ ਸਕਰੀਨਸ਼ੋਟ ਲੈ ਕੇ 7589231377 'ਤੇ ਸਕਰੀਨਸ਼ੋਟ ਭੇਜ ਕੇ ਸਾਰੀਆਂ ਜਿਹੜੀਆਂ ਡਿਟੇਲਸ ਬਾਰੇ ਆਪਾਂ ਇਹਦੇ ਬਾਰੇ ਗੱਲ ਕਰ ਸਕਦੇ ਹਾਂ। ਸੋ ਦੁਪੱਟਾ ਕਿ ਜੋ ਵੀ ਤੁਸੀਂ ਦੁਪੱਟਾ ਕਰਨਾ, ਇਹਦੇ ਨਾਲ ਅਸੀਂ ਚਨੌਨ ਦੁਪੱਟਾ ਵਿਦ ਲੇਸ, ਬਿਲਕੁਲ ਲਾਈਟ ਜੀ ਲੇਸ ਲਾ ਕੇ ਫਿਨਿਸ਼ ਕਰਦੇ ਹਾਂ। ਸੋ ਜਿਵੇਂ ਵੀ ਸੂਟ ਹੁੰਦਾ ਜੀ, ਹੈਵੀ ਔਰ ਹਲਕਾ, ਉਹਨੂੰ ਉਸ ਤਰ੍ਹਾਂ ਅਸੀਂ ਫਿਨਿਸ਼ਿੰਗ ਦਿੰਦੇ ਹਾਂ। ਇਹ ਦੇਖੋ, ਇਹ ਬਹੁਤ ਹੀ ਪਿਆਰਾ ਪੀਚ ਸ਼ੇਡ 'ਤੇ ਬਣਿਆ ਹੋਇਆ ਹੈ ਜੀ, ਜੋਰਜਟ ਦਾ ਪੀਚ ਕਲਰ ਹੈ। ਸੋ ਇਹਦੇ ਨਾਲ ਦਾ ਸੇਮ ਦੁਪੱਟਾ ਹੈਗਾ ਔਰ ਅਸੀਂ ਇਹਨੂੰ ਗੋਲਡਨ ਜਿਹੜੀ ਲੇਸ ਦਿੱਤੀ ਹੋਈ ਹੈ। ਸੋ ਇਹ ਦੇਖੋ ਜੀ, ਇਹ ਦੇਖੀ ਰੇਤੇ ਬਹੁਤ ਹੀ ਜਿਹੜਾ ਪੂਰਾ ਫੁੱਲ ਹੈ ਵਰਕ ਹੈਗਾ, ਨੀਚੇ ਚੌਕਾਂ ਤੋਂ ਥੱਲੇ ਕਾਫੀ ਵਰਕ ਆ ਜਾਂਦਾ ਹੈਵੀ, ਔਰ ਉੱਪਰ ਆ ਜਿਹੜੀ ਇਹਦੀ ਬਹੁਤ ਹੀ ਜਿਹੜੀ ਦੋ ਤਰ੍ਹਾਂ ਦੀ ਬੂਟੀ ਹੈ, ਵੱਡੀ ਵੀ ਹੈ ਛੋਟੀ ਵੀ ਹੈ, ਬਹੁਤ ਸਪਰੈਡ ਕੀਤੀ ਹੋਈ ਹੈ। ਸੋ ਇੱਕ ਹੈਵੀ ਇਹਨੂੰ ਲੁੱਕ ਦਿੱਤੀ ਵੀ ਹੈ, ਬੂਟੀ ਵੀ ਇਹ ਨਹੀਂ ਹੈਗਾ, ਔਰ ਫਿਰ ਗਲਾ ਜਿਹੜਾ ਪੂਰਾ ਹੈਵੀ ਆ ਜਾਂਦਾ, ਇਹ ਦੇਖੋ। ਸੋ ਅਸੀਂ ਦੋ ਤਰ੍ਹਾਂ ਦਾ ਇਹਦੇ 'ਤੇ ਕੋਪਰ ਕਲਰ ਔਰ ਲਾਈਟ ਗੋਲਡਨ ਦੋ ਤਰ੍ਹਾਂ ਦਾ ਬਾਦਲਾ ਲਗਾਇਆ ਹੋਇਆ। ਸੋ ਸ਼ਾਇਦ ਵੀਡੀਓ ਦੇ ਵਿੱਚ ਕਲੀਅਰ ਨਹੀਂ ਆਉਂਦਾ, ਇਹ ਦੇਖੋ ਪੂਰਾ ਇਹ ਹੈਵੀ ਲੁੱਕ ਦਿੰਦਾ ਜਦੋਂ ਤੁਸੀਂ ਵੇਅਰ ਕਰਦੇ ਹੋ, ਤਾਂ ਇਹ ਜਿਹੜੀ ਪੂਰੀ ਹੈਵੀ ਲੁੱਕ ਹੈ ਜਿਹੜੀ ਇਹਦੀ ਬਣਦੀ ਹੈਗੀ ਆ। ਸੋ ਸਾਈਡਸ 'ਤੇ ਅਸੀਂ ਇਹਨੂੰ ਸਮੋਸਾ ਟਿਪ ਦੇ ਕੇ ਇਹਨੂੰ ਫਿਨਿਸ਼ ਕੀਤਾ ਹੋਇਆ। ਨੀਚੇ ਅਸੀਂ ਬਹੁਤ ਸਾਰੇ ਕੁਸ਼ਚਨ ਹੁੰਦੇ ਆ ਜੀ, ਨੀਚੇ ਅਸੀਂ ਬਹੁਤ ਹੀ ਸੋਫਟ ਆ ਜਿਹੜਾ ਕੋਟਨ ਬੇਸਡ ਟਾਫਟਾ ਹੈਗਾ ਉਹੀ ਲਗਾਉਣੇ ਆ। ਸੋ ਇਹਦੇ ਨਾਲ ਆ ਜਿਹੜਾ ਇੱਕ ਤਾਂ ਇਹ ਜੋਰਜਟ ਆਲਰੇਡੀ ਹੈ ਜਿਹੜੀ ਥੋੜ੍ਹੀ ਜਿਹੀ ਹਲਕੀ ਹੁੰਦੀ ਹੈ, ਸੋ ਇਹਦੇ ਨਾਲ ਬਹੁਤ ਹੀ ਵਧੀਆ ਹੋ ਜਾਂਦਾ ਔਰ ਟ੍ਰਾਂਸਪੇਰੈਂਟ ਵੀ ਨਹੀਂ ਰਹਿੰਦਾ। ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਜੀ ਇਹਨੂੰ, ਤੁਸੀਂ ਜੇ ਇਹ ਲਾਈਟ 'ਤੇ ਅੱਛਾ ਲੱਗ ਰਿਹਾ, ਡਾਰਕ 'ਤੇ ਤਾਂ ਗੋਲਡਨ ਜਿਹੜਾ ਬਾਦਲਾ ਆਪਾਂ ਲਾਉਣੇ ਹੈਗੇ ਆ ਆਲਰੇਡੀ ਇਹ ਜਿਹੜਾ ਸ਼ਾਈਨ ਕਰਦਾ। ਸੋ ਇਹ ਡਾਰਕ ਕਿਸੇ ਵੀ ਕਲਰ ਕੰਬੀਨੇਸ਼ਨ 'ਤੇ ਬਣਾ ਸਕਦੇ ਹੋ, ਬਹੁਤ ਹੀ ਪਿਆਰਾ ਲੱਗੂਗਾ। ਮੈਂ ਕਾਫੀ ਜਿਹੜੇ ਸ਼ੇਡ ਹੈਗੇ ਆ ਸ਼ੇਅਰ ਵੀ ਕਰ ਚੁੱਕੀ ਹਾਂ, ਤੁਸੀਂ ਪਿੱਛੇ ਜਾ ਕੇ ਉਹ ਦੇਖ ਵੀ ਸਕਦੇ ਹੋ। ਸੋ ਬਾਜੂ 'ਤੇ ਵੀ ਇਹਦੇ ਵਰਕ ਹੈਗਾ ਜੀ, ਜੇ ਤੁਸੀਂ ਇਹਨੂੰ ਸਲਵਾਰ ਦੇ ਬੋਟਮ ਦੇ ਬਿਲਕੁਲ ਨੀਚੇ ਬਣਾਉਣਾ ਚਾਹੁੰਦੇ ਹੋ ਪੌਂਚੇ 'ਤੇ, ਤਾਂ ਪੌਂਚੇ 'ਤੇ ਵੀ ਵਰਕ ਹੋਜੂਗਾ। ਸੋ ਇਹਨੂੰ ਬੈਕ 'ਤੇ ਕਰਨਾ ਚਾਹੁੰਦੇ ਹਾਂ, ਜੇ ਇਹਨੂੰ ਹੈਵੀ ਥੋੜ੍ਹੀ ਲੁੱਕ ਦੇਣੀ ਹੈ ਤਾਂ ਉਹ ਤੁਹਾਡੇ 'ਤੇ ਡਿਪੈਂਡ ਹੈਗਾ। ਸੋ ਇਹ ਜਿਹੜਾ ਹਰ ਇੱਕ ਜਿਹੜਾ ਸੂਟ ਹੈਗਾ ਜੀ, ਜਿਹੜਾ ਵੀ ਵੀਡੀਓ ਵਿੱਚ ਦਿਖਾਇਆ ਹੁੰਦਾ, ਕਈ ਵਾਰ ਕੋਈ ਪਲੇਨ ਦੁਪੱਟੇ ਨਾਲ ਬਣਿਆ ਹੁੰਦਾ, ਕਈ ਵਾਰ ਹੈਵੀ ਦੁਪੱਟੇ ਨਾਲ ਬਣਿਆ ਹੁੰਦਾ, ਸੋ ਉਹਦੀ ਅਲੱਗ ਅਲੱਗ ਰੇਂਜ ਹੋ ਜਾਂਦੀ ਹੈ। ਇਸੇ ਲਈ ਮੈਂ ਤੁਹਾਨੂੰ ਕਹਿੰਦੀ ਹੈਗੀ ਹਾਂ ਕਿ ਤੁਸੀਂ ਮੈਨੂੰ ਵਟਸਐਪ 'ਤੇ ਹੀ ਮੈਸੇਜ ਕਰੋ, ਮੈਂ ਬਾਰ ਬਾਰ ਤੁਹਾਨੂੰ ਮੇਰੇ ਕਹਿਣ ਦਾ ਮਤਲਬ ਇਹੀ ਹੈਗਾ। ਸੋ ਆਪਾਂ ਸਾਰੀ ਡਿਟੇਲ ਆ ਜਿਹੜੀ ਉੱਥੇ ਤੁਹਾਨੂੰ ਦੇ ਸਕੀਏ। ਇਹਦੇ ਨਾਲ ਚਨੌਨ ਦੁਪੱਟਾ ਵਿਦ ਲੇਸ ਆ, ਇਹਦੇ 'ਤੇ ਕੋਈ ਵਰਕ ਨਹੀਂ ਅਸੀਂ ਕਰਦੇ ਹੈਗੇ, ਜੇ ਤੁਸੀਂ ਕਰਵਾਉਣਾ ਤਾਂ ਉਹ ਤੁਹਾਡੀ ਇੱਛਾ ਹੈਗੀ ਹੈ, ਤੁਸੀਂ ਕਰਵਾ ਸਕਦੇ ਹੋ। ਸੋ ਇਹਦੇ ਨਾਲ ਅਸੀਂ ਸਿੰਪਲ ਪਲਾਜ਼ੋ ਦਿੱਤਾ ਹੋਇਆ ਔਰ ਚਨੌਨ ਦਾ ਦੁਪੱਟਾ ਹੈ, ਅਜੇ ਰੈਡੀ ਹੋ ਰਿਹਾ, ਉਹਦੀ ਲੇਸਿਸ ਵਗੈਰਾ ਲੱਗ ਰਹੀ ਹੈ। ਸੋ ਸਾਰਿਆਂ ਦੇ ਜਿਹੜੇ ਅਸੀਂ ਕੋਰੀਅਰ ਆ ਬਹੁਤ ਟਾਈਮ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ, ਸੋ ਥੋੜ੍ਹਾ ਬਹੁਤ ਜੇ ਲੇਟ ਹੁੰਦਾ ਤਾਂ ਉਹਦੇ ਲਈ ਤੁਹਾਨੂੰ ਕੰਪਰੋਮਾਈਜ਼ ਕਰਨਾ ਪਊਗਾ। ਸੋ ਇਸੇ ਤਰ੍ਹਾਂ ਆਪਾਂ ਨਵੇਂ ਨਵੇਂ ਡਿਜ਼ਾਈਨਸ ਦੇਖਣ ਲਈ ਜੀ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ, ਅਤੇ ਔਡਰ ਪਲੇਸ ਕਰਨ ਲਈ 7589231377 'ਤੇ ਤੁਸੀਂ ਮੈਨੂੰ ਔਡਰ ਸਕਰੀਨਸ਼ੋਟ ਭੇਜ ਕੇ ਔਡਰ ਪਲੇਸ ਕਰ ਸਕਦੇ ਹੋ। ਸੋ ਵੀਡੀਓ ਵਾਚ ਕਰਨ ਲਈ ਜੀ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।